ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਆਪਣੀ ਅੱਜ ਦੀ ਕਹਾਣੀ ਦਾ ਨਾਮ ਹੈ ਗੁੱਲੂ ਦਾ ਗਜਬ ਪਟਾਰਾ। ਗੁੱਲੂ ਦੇ ਦਾਦਾ ਜੀ ਅਖਬਾਰ ਨਹੀਂ ਪੜ੍ਹ ਪਾ ਰਹੇ ਸਨ, ਉਹਨਾਂ ਦੀ ਐਨਕ ਟੁੱਟ ਗਈ ਸੀ। ਗੁੱਲੂ ਆਪਣਾ ਛੋਟਾ ਪੂਰਾ ਬਕਸਾ ਲੈਣ ਲਈ ਦੌੜਿਆ, ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਨ। ਟੈਂਟਣ ਹੈ, ਵਾਹ, ਉਸਨੂੰ ਕੀ ਲੱਭਿਆ? ਇੱਕ ਚਮਕਦਾਰ ਵੱਡਾ ਆਕਾਰ ਦਿਖਾਉਣ ਵਾਲਾ ਸ਼ੀਸ਼ਾ। ਜੇਕਰ ਤੁਸੀਂ ਇਸ ਵਿੱਚੋਂ ਦੇਖੋ ਤਾਂ ਸਭ ਕੁਝ ਵੱਡਾ ਵੱਡਾ ਦਿਖਾਈ ਦਿੰਦਾ ਹੈ। ਹੁਣ ਗੁੱਲੂ ਦੇ ਦਾਦਾ ਜੀ ਅਖਬਾਰ ਆਸਾਨੀ ਨਾਲ ਪੜ੍ਹ ਸਕਦੇ ਹਨ। ਗੁੱਲੂ ਦੇ ਮੰਗਲ ਚਾਚਾ ਨੂੰ ਰਸੋਈ ਵਿੱਚ ਕੋਈ ਮੁਸ਼ਕਲ ਹੈ। ਉਹਨਾਂ ਨੇ ਪੈਕਟ ਵਿੱਚੋਂ ਤੇਲ ਕੱਢਣਾ ਹੈ, ਪਰ ਬੋਤਲ ਦੀ ਗਰਦਨ ਬਹੁਤ ਛੋਟੀ ਹੈ। ਟੈਂਟਣ ਹੈ, ਆਓ ਦੇਖੀਏ ਇਸ ਵਾਰ ਗੁੱਲੂ ਨੂੰ ਕੀ ਲੱਭਿਆ। ਇੱਕ ਵੱਡੇ ਚੌੜੇ ਮੂੰਹ ਵਾਲੀ ਕੀਪ। ਇਹਦੇ ਖੁੱਲ੍ਹੇ ਸਿਰੇ ਤੋਂ ਤੇਲ ਪਾਓ ਅਤੇ ਤੇਲ ਆਸਾਨੀ ਨਾਲ ਬੋਤਲ ਵਿੱਚ ਭਰ ਜਾਵੇਗਾ। ਮੰਗਲ ਚਾਚਾ ਨੇ ਕੀਪ ਲਈ ਗੁੱਲੂ ਦਾ ਧੰਨਵਾਦ ਕੀਤਾ। ਗੁੱਲੂ ਦੇ ਦਾਦੀ ਜੀ ਦੀ ਸੂਈ ਫਰਸ਼ ਉੱਤੇ ਡਿੱਗ ਪਈ ਅਤੇ ਗੁੰਮ ਹੋ ਗਈ ਹੈ। ਟੈਂਟਣ ਹੈ, ਇਸ ਵਾਰ ਉਸਨੂੰ ਕੀ ਲੱਭਿਆ? ਇੱਕ ਚੁੰਬਕ। ਲੋਹਾ ਇਸ ਨੂੰ ਚਿਪਕ ਜਾਂਦਾ ਹੈ। ਦਾਦੀ ਜੀ ਦੀ ਸੂਈ ਚੁੰਬਕ ਨੂੰ ਚਿਪਕ ਗਈ। ਗੁੱਲੂ ਦਾ ਭੂਰਾ ਬਕਸਾ ਬਹੁਤ ਹੀ ਵਧੀਆ ਹੈ, ਹੈ ਨਾ? ਅੱਛਾ ਬੱਚਿਓ, ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ? ਕੀ ਤੁਸੀਂ ਵੀ ਬਣਾਉਣਾ ਚਾਹੋਗੇ ਗੁੱਲੂ ਦੀ ਤਰ੍ਹਾਂ ਅਜਿਹਾ ਬਕਸਾ?